ਸਤਿਕਾਰ ਦੋਸਤੋ ਅੱਜ ਦੇ ਵਲੌਗ ਵਿੱਚ ਤੁਹਾਨੂੰ ਦਿਖਾਵਾਂਗੇ ਪਿੰਡ ਖਰਲ ਦਾ ਘੋੜੀਆਂ ਦਾ ਮੇਲਾ। ਅੱਜ ਘੋੜੀਆਂ ਦੇ ਮੇਲੇ ਤੇ ਚੱਲੇ ਆ ਜਿੱਥੇ ਕਿ ਰੇਵੀਆ ਚਾਲ ਦੇ ਮੁਕਾਬਲੇ ਹੋਣੇ ਆ, ਸਰਪੱਟ ਦੌੜ ਹੋਣੀ ਆ, ਸ਼ਿਕਾਰੀ ਕੁੱਤਿਆਂ ਦੀਆਂ ਦੌੜਾਂ ਹੋਣੀਆਂ ਵਾ, ਊਠਾਂ ਦਾ ਨਾਚ, ਘੋੜੀਆਂ ਦਾ ਨਾਚ ਦੇ ਮੁਕਾਬਲੇ ਹੋਣੇ ਆ ਤੇ ਉੱਥੇ ਚੱਲਦੇ ਆ। ਅੱਜ ਦੇ ਵਲੌਗ ਵਿੱਚ ਤੁਹਾਨੂੰ ਉੱਥੇ ਦਾ ਮੇਲਾ ਦਿਖਾਵਾਂਗੇ। ਅਜੋ ਚੱਲਦੇ ਆ ਆਪਾਂ, ਗੁਰਦਾਸਪੁਰ ਦੇ ਨੇੜੇ ਆ ਪਿੰਡ ਖਰਲ ਦੇ ਵਿੱਚ। ਜੇਕਰ ਆਪਣੇ ਚੈਨਲ ਤੇ ਨਵੇਂ ਹੋ ਤੇ ਚੈਨਲ ਸਬਸਕ੍ਰਾਈਬ ਕਰ ਲਿਓ, ਵੀਡੀਓ ਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ, ਬਹੁਤ ਮਜ਼ਾ ਆਉਣ ਵਾਲਾ ਵੀਡੀਓ ਦੇ ਵਿੱਚ ਤੇ ਪੂਰਾ ਵਲੌਗ ਦੇਖਿਓ। ਆਜੋ ਚੱਲਦੇ ਆ ਮੇਲੇ 'ਚ। ਹਾਂਜੀ ਦੋਸਤੋ, ਪਹੁੰਚ ਗਏ ਆਪਾਂ ਮੇਲੇ ਦੇ ਵਿੱਚ ਪਿੰਡ ਖਰਲ ਦੇ ਵਿੱਚ ਤੇ ਆਹ ਗਰਾਊਂਡ ਆ ਜਿੱਥੇ ਕਿ ਘੋੜਿਆਂ ਦਾ ਨਾਚ ਹੋਣਾ ਵਾ, ਊਠਾਂ ਦਾ ਨਾਚ ਹੋਣਾ ਵਾ ਤੇ ਪਰਲੀ ਸਾਈਡ ਦੇ ਉੱਪਰ ਟਰੈਕ ਆ, ਘੋੜੇ ਘੜੇ ਵਗੈਰਾ ਆਉਂਦੇ, ਘੋੜੀਆਂ ਆਉਂਦੀਆਂ ਵਾ। ਆਹ ਨੁਕਰੇ ਜਾਨਵਰ ਕਾਫੀ ਪਹੁੰਚੇ ਆ, ਪਿੱਕਅਪ ਵਗੈਰਾ ਟੱਕੇ ਆ, ਦੇਖਦੇ ਆ ਕਿਵੇਂ ਦਾ ਮੇਲਾ ਭਰਦਾ, ਨਾਲੇ ਤੁਹਾਡੇ ਨਾਲ ਸਾਂਝਾ ਕਰਦੇ ਆ। ਆਜੋ, ਇੱਧਰ ਚੱਲਦਾ ਪਿਆ ਚਾਹ ਪਾਣੀ ਦਾ ਪ੍ਰਬੰਧ, ਚਾਹ ਚੱਲਦੀ ਪਈ ਆ ਜੇ ਸੱਜਣ ਮਿੱਤਰ ਨੇ ਪੀਣੀ ਆ। ਦੇਖਣ ਵਾਲੇ ਲੋਕ ਪਹੁੰਚਦੇ ਪਏ ਆ ਤੇ ਇੱਧਰ ਆਪਣੇ ਨਾਲ ਨੇ ਅੱਜ ਜਗਰਾਜ ਚਾਲ, ਜੋ ਕਿ ਬਹੁਤ ਵਧੀਆ ਇੱਕ ਐਡੀਟਰ ਵਾ, ਵੀਡੀਓ ਐਡਿਟ ਕਰਦੇ ਆ ਤੇ ਮੇਲੇ ਦੀ ਰੌਣਕ ਮੇਲਾ ਵੇਖਣ ਆਏ ਮੇਲੇ ਦੇ ਵਿੱਚ। ਤੇ ਘੋੜਿਆਂ ਦਾ ਮੁੰਡਾ ਸ਼ਕੀਨ ਆ, ਕਹਿੰਦਾ ਘੋੜੇ ਘੜੇ ਨੱਚਣੇ ਆ ਤੇ ਆਪਾਂ ਦੇਖ ਕੇ ਆਉਣੇ ਆ। ਤੇ ਇੱਧਰ ਸਟੇਜ ਤੇ ਚੱਲਦੇ ਆ, ਪਹਿਲਾਂ ਕਿਹੜੀ ਘੋੜੇ ਦੇਖ ਕੇ ਆਉਂਦੇ ਸਾਰੇ। ਰੇਵੀਆ ਚਾਲ ਦੇ ਲਈ ਦੋਸਤੋ ਸਿੰਧੀ ਘੋੜੀ ਪਹੁੰਚੀ ਆ ਤੇ ਇੱਧਰ ਬਾਪੂ ਜੀ ਅਬਲਗ ਲੈ ਕੇ ਆਏ ਆ। ਆ ਜਾਓ, ਅਗਲਿਆਂ ਦੇ ਵੀ ਕਰਦੇ ਦਰਸ਼ਨ। ਮਾਰਵਾੜੀ ਪਹੁੰਚੀ ਜੀ ਵੀਰੇ, ਚਾਲ ਨਹੀਂ ਲਿਆਂਦੀ ਏ, ਅੱਗੇ ਵੀ ਖੜੀ ਕਰੀ ਕੰਪੀਟੀਸ਼ਨ ਦੇ ਵਿੱਚ ਇੱਥੋਂ ਹੀ। ਠੀਕ ਹੈ ਜੀ, ਆਪਣਾ ਬਟਾਲੇ ਮੇਲਾ ਜਿਹੜਾ ਉਹਨੇ ਪੰਜਵੇਂ ਨੰਬਰ ਤੇ ਜੀ, ਜਿਹੜਾ ਗਵਰਨਮੈਂਟ ਹੁੰਦਾ ਤੇ ਕਿੰਨੇ ਕਿ ਜਦੋਂ ਸ਼ਕੀਨ ਆਪਾਂ ਚਾਲ ਵਾਲੇ ਘੋੜਿਆਂ ਦੇ, ਜਦੋਂ ਸੰਭਾਲੀ ਘੋੜਾ ਜੀ ਫਿਰ ਬੈਠੇ। ਠੀਕ ਹੈ, ਕਿਹੜੀ ਜਗ੍ਹਾ ਦਾ ਵੀਰ ਜੀ? ਆਪਾਂ ਪਿੰਡ ਥਾਣੇ ਵਾਲਾ ਭਾਈ, ਆਪਣਾ ਗੁਰਦਾਸਪੁਰ, ਗੁਰਦਾਸਪੁਰ ਤੇ ਥਾਣੇ ਵਾਲਾ ਹੈਗਾ, ਪਿੰਡ ਥਾਣੇ ਵਾਲਾ ਪੈਂਦਾ। ਠੀਕ ਹੈ, ਲੱਗ ਹੀ ਹੋਣਾ ਇੱਥੇ। ਆਹ ਤੇ ਦੋਸਤੋ ਲੱਗਦੀ ਜਿਵੇਂ ਨੱਚਣ ਵਾਲੀਆਂ ਘੋੜੀਆਂ ਵਾ, ਦੋਵੇਂ ਨੌਕਰੀਆਂ ਨਾਚ ਦੇ ਕੰਪੀਟੀਸ਼ਨ 'ਚ ਪਾਉਣਗੇ, ਨਚਾਉਣਗੇ ਅੱਜ, ਨਾਚ ਵੀ ਦਿਖਾਉਂਦੇ ਤੁਹਾਨੂੰ। ਲੋਕ ਦੇ ਐਂਡ ਤੱਕ ਬਣੇ ਰਹੋ। ਇੱਧਰ ਮਾਰਵਾੜੀ ਵੀ ਆਈ ਆ, ਗੱਦੀ ਗੁੱਦੀ ਕਾਫੀ ਸੋਹਣੀ ਪਾਈ। ਇੱਧਰ ਅਬਲਖ, ਮੇਰੇ ਹਿਸਾਬ ਨਾਲ ਦੋਸਤੋ ਜੇ ਸਾਰੇ ਨਾਚ ਵਾਲੇ ਘੋੜੇ ਘੋੜੀਆਂ ਆਏ ਆ। ਇੱਧਰ ਬਾਪੂ ਜੀ ਪਹੁੰਚੇ ਆ, ਆਹ ਚ ਗਾਰਮੈਂਟ ਜ਼ਿਆਦਾ ਵਧੀਆ ਲਾਇਆ ਬਾਪੂ ਜੀ ਹੋਣਾ, ਟੈਂਪੂ ਦੇ ਉੱਪਰ ਹੀ ਟ੍ਰੇਲਰ ਵੀ ਨਾਲ ਹੀ ਬਣਾਇਆ, ਵੈਨ ਆ ਮਿਲਾ ਤਾ ਛੋਟੀ। ਹਾਂਜੀ, ਸਤਿ ਸ਼੍ਰੀ ਅਕਾਲ ਬਾਬਾ ਜੀ, ਕਿਹੜੀ ਜਗ੍ਹਾ ਦਾ ਬਾਬਾ ਜੀ? ਮਾਛੀਵਾੜਾ ਸਾਹਿਬ ਲਾਗੋ। ਠੀਕ ਹੈ ਜੀ, ਤੇ ਕਿਵੇਂ ਚਾਲ ਚੂਲ ਚ ਲਿਆਉਂਦੇ ਜਾਨਵਰ ਕਿਵੇਂ? ਸਰਪੱਟ ਚ ਸਰਪੱਟ ਢੋਣੇ ਕਿ ਬਾਬਾ ਜੀ? ਸਰਪੱਟ ਦੇ ਵਿੱਚ। ਠੀਕ ਹੈ ਜੀ, ਗਾਰਮੈਂਟ ਬਹੁਤ ਸੋਹਣਾ ਲਾਇਆ ਦੋਸਤੋ ਵੈਨ ਦੇ ਵਿੱਚ ਬਾਪੂ ਜੀ ਨੇ, ਸੌਣ ਦਾ ਪ੍ਰਬੰਧ ਵੀ ਸਾਰਾ, ਨੁਕਰਾ ਘੋੜਾ ਲਿਆਏ ਆ। ਲੋਕ ਮਿੱਤਰੋ, ਆ ਜਿਹੜੀ ਤੁਸੀਂ ਘੋੜੀ ਦੇਖਦੇ ਪਏ, ਉਮਰ ਦੀ ਪੂਰੀ ਘੋੜੀ ਆ ਤੇ ਵੀਰ ਹੋਣੀ ਦੱਸਦੇ ਹੈਗੇ, ਕਹਿੰਦੇ ਡੁਬਈ ਤੋਂ ਇੰਪੋਰਟ ਕਰਵਾਈ ਆ ਡਾਇਰੈਕਟ, ਪੋਨੀ ਦੇ ਵਿੱਚ ਆਉਂਦੀ ਹੈ, ਪੋਨੀ ਘੋੜੇ ਆਉਂਦਾ ਜੀ ਇਹਦਾ ਛੋਟੇ। ਮਿੱਤਰੋ, ਡੱਬੀ ਦਿੱਤੀ ਤੱਕ, ਇਹਦੇ ਵਿੱਚ ਨਕਲੀ ਖਰਗੋਸ਼ ਬੰਨੇ ਆ, ਇੱਥੋਂ ਛੱਡਣਗੇ ਸਾਰੇ ਕੁੱਤੇ। ਸਾਰੀ ਦੌੜ ਖਰਾਬ ਹੋ ਜਾਣੀ ਆ।
दोस्तों आ जो तुम घोड़ी देखते पे ये शेरू जलंधरी की घोड़ी आ। शेरू जलंधरी ने ही पहला ते दूसरा स्थान हासिल किया पिंड खल दी खेडा तो। जिहड़ी तुम घोड़ी देखते पे काली ये सैकेंड पोजिशन ते आई आ। तो इस तो अगे इहदी वीडियो च दिखावांगे घोड़ी जिहड़ी नीली सजाफ जी घोड़ी आ उन्हें पहले ही पोजीशन हासिल की थी। दोस्तों 5500 रुपये का पहला नाम तो उस तो अलावा भी इनू 5000 रुपया बाहरों किसी ने सम्मानित किया भीर ने तेरी घोड़ियां दौड़ के देख के भी इन सोहनिया घोड़ियां दौड़िया पक्या जीडिया जो सपट्टा दौड़ के लगियां देख सकते हो तुम। ये काली घोड़ी जी दूसरे स्थान पर आई है। तो इस तो अगे आएगी जी नीली घोड़ी वो पहला स्थान हासिल किया उन्हें। मेले के सब तो खिचदा कहता रहे शेरू जलंधर के जानवर जिन्हें लोगों ने बहुत पसंद किए। आह घोड़ी है जी पहला स्थान हासिल करके गई है। तो इनू टोटल 11000 रुपया मिला मेले का। लो भी मित्रों इतने देखो जी सू अपने तप करता पाया है। दोस्तों आ हुण तुसीं जो रेविया जाल दे मुकाबले देखणे आ वीडियो दे विच ते आ जिहड़ा पहले स्थान हासिल किया है इस घोड़ी ने यह सिंधी घोड़ी सी रेविया चाल दे विच सब तो वधिया चाल दे पहली वार ही पूरी कंप्लीट कर गई चाल एक भी फॉल नहीं किया। ते आ छोटा जिहा बच्चा 11 साल का जिन्हें दूसरा स्थान हासिल किया। तो आ नुकरी घोड़ी उपर जो बच्चा देखते पे इन्हें तीसरा स्थान हासिल किया। तो आ जो तुम घोड़ा देखते पे हैं ये दोस्तों दिल अलीवाल का घोड़ा है सुल्तान नुकरा घोड़ा। दोस्तों इन्हें भी पहला स्थान हासिल किया। तो सब तो वध नाच करके इस घोड़े ने दिखाए तो सब तो वधिया इहदा नाच सी मेले दे विच सब तो ज़्यादा एक्शन लाया। तुसीं दोस्तों देख सकते हैं नागन डांस करता पाया घोड़ा इनू बहुत लोगों ने पसंद किया खासकर इस डांस नूं। ते इनू भी नगद राशि दे के सन्मानित किया गया मेले दे विच। दोस्तों जेकर अपने चैनल पर नवे हो तो चैनल नूं सबसक्राइब जरूर करो वीडियो नूं लाइक ते कमेंट करके जरूर दस्यो। धन्यवाद दोस्तों मिलते हैं एक नवे ब्लॉग दे विच ते नवी वीडियो लैके। धन्यवाद। पहाड़िया जी पहाड़िया भी।